ਬਾਥਰੂਮ ਖਰਾਬ ਨੇ ਬਿਲਕੁਲ ਹਾਂਜੀ ਹਾਂਜੀ ਖਰਾਬ ਜੀ ਇਹ 20 ਸਾਲਾਂ ਤੋਂ ਪਹਿਲਾਂ ਦੇ ਪੜੇ ਆ ਜੀ ਇਹ ਲੈਂਟਰ ਸਾਰਾ ਚੋਂਦਾ ਆ ਖਤਰੇ ਨਾਲ ਹੀ ਆ ਰੇਂਜਿੰਗ ਤੇ ਇਹਦਾ ਬੜਾ ਲਿਖਿਆ ਪਿੰਡ ਦਾ ਪਡੋਰੀ ਸੁੱਖਾ ਸਿੰਘ ਨੂੰ ਪੈਸੇ ਨਹੀਂ ਆਇਆ ਸਕੂਲ ਇਹ ਸਾਰੇ ਇਹਨਾਂ ਦੇ ਝੂਲਿਆਂ ਦੇ ਵੀ ਕਾਫੀ ਚਾਰ ਪੰਜ ਸਾਲ ਪਹਿਲਾਂ ਜੋ ਵੀ ਗ੍ਰਾਂਟ ਆਈ ਹੈ ਸਮਾਨ ਆਇਆ ਦੋ ਉੱਤੇ ਜਿੰਨੇ ਪੈਸੇ ਲੱਗਣਗੇ 5 ਲੱਖ ਲੱਗੇ 10 ਲੱਖ ਲੱਗੇ ਉਹ ਮੈਂ ਦੂੰਗਾ ਗਲੀਆਂ ਨਾਲੀਆਂ ਦੀ ਬੜੀ ਪ੍ਰੋਬਲਮ ਠੀਕ ਹੈ ਗਲੀਆਂ ਨਾਲੀਆਂ ਦਾ ਕੰਮ ਜਿਹੜਾ ਸਾਰਾ ਖੁਦਾ ਦੇ ਸਕੂਲ ਦੀ ਬਿਲਡਿੰਗ ਦਾ ਮੈਂ ਕਰਦਾ ਤੁਸੀਂ ਇੱਥੇ ਟੀਚਰ ਕਿੰਨੇ ਜਾਣੇ ਜੋ ਟੀਚਰ ਅੱਛਾ ਬੱਚੇ ਕਿੰਨੇ ਉਦਾਂ ਕੋ ਬਣਾਉਣ ਦੇ ਲੱਖ 2 ਲੱਖ ਰੁਪਏ ਕੋਈ ਨਹੀਂ ਨਹੀਂ ਇਹ ਉਦੋਂ ਦੀ ਆਈਆਂ ਜਦੋਂ ਦਾ ਸਕੂਲ ਬਣਿਆ ਨਾ ਬਣਾਇਆ ਜੀ ਇਹ ਸਕੂਲ ਬਣਿਆ ਹੈ 2009 ਦੇ ਵਿੱਚ 2009 ਉਸ ਤੋਂ ਪਹਿਲਾਂ ਇੱਕੋ ਹੀ ਕਮਰਾ ਸੀ ਬਸ ਇਹੀ ਟੁੱਟਾ ਜਾ ਅੱਛਾ ਤੇ ਮੈਂ ਬੜੀ ਵਾਰੀ ਲਿਖ ਕੇ ਦਿੱਤਾ ਬਾਥਰੂਮ ਦਾ ਬਾਥਰੂਮ ਸਾਡੇ ਹੀ ਲੈਂਟਰ ਵਿੱਚ ਡਿੱਗਾ ਹੋਇਆ ਇਦਾਂ ਹੀ ਗਲਤ ਜਾਨੀ ਇਦਾਂ ਹੀ ਹੋ ਜਾਣਾ ਅੱਛਾ ਕੋਈ ਨਹੀਂ ਹੈਗਾ ਚਾਰ ਦੀਵਾਰੀ ਦਾ ਮੈਂ ਹੁਣ ਫੇਰ ਆਣ ਕੇ ਹਰ ਵਾਰੀ ਲਿਖ ਦਿੱਤਾ ਹੁਣ ਤੁਹਾਨੂੰ ਚਾਰ ਦੀਵਾਰੀ ਦੇ ਪੈਸੇ ਚਾਰ ਦੀਵਾਰੀ ਦੇ ਹੁਣ ਉਹਨਾਂ ਨੇ ਕਿਹਾ ਕਿ 20 ਦਿਨਾਂ ਤੱਕ ਕਹਿ ਰਹੇ 20 ਦਿਨਾਂ ਦਾ ਕਹਿ ਰਹੇ ਜਨਵਰੀ ਵੀ ਲੰਘੀ ਫੈਬਰੂਰੀ ਖਰਾਬ ਨੇ ਬਿਲਕੁਲ ਇਹ 20 ਸਾਲਾਂ ਤੋਂ ਪਹਿਲਾਂ ਦੇ ਬਣੇ ਆ ਜੀ ਮੁਖਤਾਰ ਸਾਡੇ ਕੋਲ 2 ਰੂਮ ਨੇ ਇੱਕ ਪ੍ਰੀ ਪ੍ਰਾਇਮਰੀ ਰੂਮ ਹੈ ਇੱਕ ਮੇਰਾ ਆਪਣਾ ਰੂਮ ਹੈ ਮਤਲਬ ਮੇਰਾ 30 ਕਿਲੋ ਬਸ ਜੋ ਬਣੀ ਦਾ ਪ੍ਰੋਜੈਕਟ ਲੱਗਾ ਹੋਇਆ ਪ੍ਰੋਪਰ ਸਾਰਾ ਚੱਲ ਗਿਆ ਅੱਛਾ ਤੇ ਨਾਲ ਵਾਲਾ ਪ੍ਰੀ ਪ੍ਰਾਇਮਰੀ ਦਾ ਕਮਰਾ ਹੈ ਅਸੀਂ ਮਤਲਬ ਆਪਣਾ ਪ੍ਰੀ ਪ੍ਰਾਇਮਰੀ ਵਾਲਾ ਸਾਰਾ ਕਰਵਾ ਰਹੇ ਹਾਂ ਤੇ ਜਿਹੜੀ ਸਾਡੀ ਕਿਚਨ ਸੀਗੀ ਨਾ
ਤਿੰਨ ਕਮਰਿਆਂ ਦੀ ਗ੍ਰਾਂਟ ਮਿਲੀ ਸੀ ਨਾ, ਦੋ ਕਮਰੇ ਦੇ ਕਿਚਨ ਦੀ ਗ੍ਰਾਂਟ ਸੀ। ਬਹੁਤ ਪੁਰਾਣਾ 1973 ਸਾਲ ਦਾ ਵਾਲਾ ਕਮਰਾ ਨਾ, ਉਹ ਡਿੱਗਿਆ ਪਿਆ ਉਹਦੇ ਕੰਮ ਕਰਦੀ ਵਾਲਾ ਬਾਥਰੂਮ ਹੈ, ਬਾਰਿਸ਼ਾਂ ਨਾਲ ਇਹ ਵੀ ਖਰਾਬ ਹੈ, ਉੱਪਰੋਂ ਸਾਰਾ ਇਹ ਵੀ ਮੈਂ ਲਿਖ ਕੇ ਦਿੱਤਾ ਹੋਇਆ। ਇਸ ਵਕਤ ਨੋਟ ਫੰਕਸ਼ਨਲ ਕੋਈ ਬਾਥਰੂਮ ਨਹੀਂ ਹੈ, ਨੋਟ ਫੰਕਸ਼ਨਲ ਵਾਇਸ ਦਾ CWSM ਦਾ ਸਰਪੰਚ ਹਾਦਸਾ ਹੋਇਆ ਕਈ ਥਾਵਾਂ, ਤੁਹਾਨੂੰ ਪਤਾ ਹੀ ਅੰਮ੍ਰਿਤਸਰ ਚ ਵੀ ਹੋਇਆ। ਹਾਦਸਾ ਹੁਣ ਤੋਂ ਬਚਾ ਲਿਓ ਜੀ, ਇੰਨੀ ਮਿਹਰਬਾਨੀ। ਅੱਛਾ ਜੀ, ਦੂਸਰੀ 10 ਦੀ ਬੇਨਤੀ ਹੈ, ਸਾਡੇ ਨਾ ਕਬਰਸਤਾਨ ਨਹੀਂ ਹੈਗਾ, ਕਬਰਸਤਾਨ ਹੈਗਾ ਵਾ ਪੱਖਿਆਂ ਦੇ ਵਿੱਚ ਪੈਂਦਾ ਵਾ, ਇਸ ਪਿੰਡ ਨੂੰ ਬਹੁਤ ਜ਼ਿਆਦਾ ਪ੍ਰੋਬਲਮ ਆ। ਨਹੀਂ ਸਰ, ਕਿਤੇ ਬਣੇ ਨਹੀਂ ਪਿੰਡ, ਬਣੇ ਨਹੀਂ ਹੈਗਾ, ਤੁਸੀਂ ਬੋਲੋ ਸਾਰੇ ਨੂੰ। ਥੋੜਾ ਬਹੁਤ ਹੋ ਜੇ, ਇੱਕ ਕਬਰਸਤਾਨ ਦਾ ਤੇ ਬਹੁਤ ਜ਼ਰੂਰੀ ਹੈ, ਕਿਉਂਕਿ ਸ਼ੇਰਾ ਸਾਹਿਬ ਜੀ। ਹਾਂਜੀ ਹਾਂਜੀ, ਦੱਸੋ ਸਰਪੰਚ ਸਾਹਿਬ ਜੀ, ਠੀਕ ਹੈ ਨਾ? ਠੀਕ ਹੈ ਠੀਕ ਹੈ, ਨਾਲ ਹੈ ਤੁਹਾਡੇ ਕਬਰਸਤਾਨ ਹੈ ਨਹੀਂ ਆ ਪਾਸਟਰ ਸਾਹਿਬ, ਇਹ ਪਾਸਟਰ ਹੈ ਸਾਡਾ ਜੀ, ਕਿੱਥੇ ਕਬਰਸਤਾਨ ਦਾ ਜੋ ਇੱਕ ਸਾਡਾ ਪਾਣੀ ਦੋ ਜੀ, ਹਾਂ ਦੋ ਇਹਨਾਂ ਨੂੰ ਬੜਾ, ਤੇ ਫਿਰ ਪੰਚਾਇਤ ਦਾ ਤੇ ਥਾਂ ਸਾਡਾ ਨਹੀਂ ਹੈਗਾ ਜੀ। ਨਹੀਂ ਆਪਣੇ ਪਿੰਡ ਪੰਚਾਇਤ ਦੀ ਜ਼ਮੀਨ ਹੈ, ਪੰਚਾਇਤ ਦੀ ਮੇਰੇ ਖਿਆਲ ਦੋ ਕਨਾਲਾ ਥਾਂ, ਦੋ ਕਨਾਲਾ ਮੰਨ ਇੱਕ ਹੱਡਾ ਰੋਡ ਆ ਜਿਹੜਾ ਬਿਲਕੁਲ ਹੀ ਘਰ ਦੇ ਨਾਲ ਆ,
ਤੇ ਜਦੋਂ ਹੋ ਜਾਂਦੇ ਨੇ ਇਸ ਤਰ੍ਹਾਂ ਕੰਮ ਤੇ ਮੁੜ ਕੇ ਸਮੈਲ ਬਹੁਤ ਹੀ ਜ਼ਿਆਦਾ ਨਾਲੀਆਂ ਦਾ ਕਿੰਨਾ ਕੰਮ ਹੋਣਾ? ਨਾਲੀਆਂ ਦਾ ਤਕਰੀਬਨ ਸਾਰੇ ਪਿੰਡ ਦਾ ਹੀ ਕੰਮ ਹੋਣਾ ਵਾਲਾ ਜੇ ਆਉਂਦੇ ਪਿੰਡ ਹੋ ਜਾਏ ਪਾਣੀ ਦਾ ਨਿਕਾਸ ਹੋ ਜਾਵੇ ਨਾਲੀਆਂ ਦਾ ਭਾਵੇਂ ਨਾ ਹੀ ਛੇੜੇ ਪਾਣੀ ਇੱਕ ਜਿਹੜਾ ਵਾਟਰ ਸਪਲਾਈ ਆ ਨਾ ਦੂਜੀ ਹਰਿਆਣੀ ਹਰਿਆਣਾ ਤੋਂ ਆਉਂਦੀ ਹੈ ਇੱਥੇ ਆਪਣੇ ਪਿੰਡ ਵੱਖਰੀ ਹੋ ਗਈ ਜਿਹੜੀਆਂ ਨੇ ਪਾਣੀ ਲੀਕ ਹੋ ਜਾਂਦਾ ਪਾਣੀ ਜਾਂਦਾ ਫੁੱਲੇ ਚੱਕ ਨੂੰ ਰਿਆੜਾ ਨੂੰ ਸਰਾਵਾਂ ਨੂੰ ਤੇ ਪੰਡੋਰੀ ਨੂੰ ਪੂਰੀ ਹਵਾ ਸਿਆਪਾ ਰਹਿੰਦਾ ਬੜੀ ਮੁਸ਼ਕਲ ਆਉਂਦੀ ਹੈ ਇੱਕ ਜੀ ਸਾਡੀ ਮੁਸ਼ਕਲ ਹੋ ਰਿਹਾ ਸਾਡਾ ਨਾ ਡੀਪੂ ਨਹੀਂ ਹੈਗਾ ਹਾਂਜੀ ਆ ਡੀਪੂ ਉਹ ਜਦੋਂ ਸਾਡੇ ਕਣਕ ਲੈਣ ਜਾਂਦੇ ਨੇ ਕਿਹੋ ਜਿਹਾ ਸਾਡੇ ਪਿੰਡ ਦਾ ਆਪਣਾ ਡੀਪੂ ਨੀ ਹੈਗਾ ਜਿਹਦੀ ਇੱਕ ਕੁਇੰਟਲ 90 ਕਿਲੋ ਸਾਡੇ ਪਿੰਡ ਦਾ ਆਪਣਾ ਡੀਪੂ ਸਾਨੂੰ ਚਾਹੀਦਾ ਵੱਖਰਾ ਆਪਣੇ ਪਿੰਡ ਦਾ ਚਾਹੀਦਾ ਪਾਣੀ ਦੇ ਹੈਗਾ ਉਹ ਪਹਿਲਾਂ ਉਹ ਸੰਤੋਖ ਸਿੰਘ ਦੇ ਨਾਲ ਸਿੰਘ ਸਰ ਉਹ ਮੇਰੇ ਤੋਂ ਵੀ ਮੇਰੇ 2008 ਤੋਂ ਪਹਿਲਾਂ ਪੂਰਾ ਹੋ ਗਿਆ ਡੈਥ ਹੋ ਗਈ ਉੱਤੇ ਜਿੰਨੇ ਪੈਸੇ ਲੱਗਣਗੇ 5 ਲੱਖ ਲੱਗੇ 10 ਲੱਖ ਲੱਗੇ ਉਹ ਮੈਂ ਦਊਂ ਠੀਕ ਆ ਸੁਣੋ ਸਾਡਾ ਛੱਪੜ ਜਿਹੜਾ ਉਹਦੀ 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 ਮਤਲਬ ਕਰਾ ਦਿੰਦੇ ਉਹਨੂੰ ਠੀਕ ਕਰਾ ਦਿੰਦੇ ਠੀਕ ਆ ਗਲੀਆਂ ਨਾਲੀਆਂ ਦਾ ਕੰਮ ਜਿਹੜਾ ਸਾਰਾ ਕਰਾ ਦਿੰਦੇ ਸਕੂਲ ਦੀ ਬਿਲਡਿੰਗ ਦਾ ਮੈਂ ਕਰਦਾ ਜਿਹੜੇ ਤੁਹਾਡੇ ਕੰਮ ਹੋਣਾ ਸੜਕ ਜਿਹੜੀ ਤੁਹਾਡੀ ਸਰਵੇ ਦਾ ਚੱਲਣ ਡਿਆ ਠੀਕ ਆ ਕਿ ਨਹੀਂ 18 ਫੁੱਟ ਸੜਕ ਬਣ ਗਈ ਤੇ ਤੁਹਾਡਾ ਓਦਾਂ ਹੀ ਸਵਰਗ ਬਣ ਜਾਣਾ ਪੱਖਿਆਂ ਦਾ ਕੋਈ ਜਗ੍ਹਾ ਦੇ ਦੋ ਤੇ ਮੇਰੇ ਕੋ ਪੈਸੇ ਪਹਿਲ ਸਾਡੇ ਰੋੜੇ ਲਈ ਦੇ ਦਿੰਦੇ ਉਹਨੂੰ ਬੁਲਾ ਦਿੰਦੇ ਸਾਡੇ ਰੋੜੇ ਲਈ ਬੁਲਾ ਦਿੰਦੇ ਠੀਕ ਹੈ ਬੁਲਾ ਦਿੰਦੇ ਕੋਈ ਪਾਣੀ ਦਾ ਜ਼ਰੂਰ